ਪੁਲ ਦੀ ਰੇਲਿੰਗ ਤੋੜਦਾ ਹੋਇਆ ਇੱਕ ਟੈਂਕਰ ਹਵਾ ਦੇ ਵਿੱਚ ਲਟਕ ਗਿਆ ਤੇ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਬੜੀ ਮੁਸ਼ਕਲ ਦੇ ਨਾਲ ਪੁਲਿਸ ਦੇ ਵੱਲੋਂ ਜੋ ਚਾਲਕ ਆ ਉਸ ਨੂੰ ਰੈਸਕਿਊ ਕੀਤਾ ਗਿਆ ਤੇ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਤਾਂ ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਇਹ ਟੈਂਕਰ ਦਾ ਕੈਬਿਨ ਹਵਾ ਦੇ ਵਿੱਚ ਲਟਕਿਆ ਹੋਇਆ। ਹਾਲਾਂਕਿ ਆਵਾਜਾਈ ਜੋ ਹੈ ਬਿਲਕੁਲ ਜਾਮ ਹੋ ਚੁੱਕੀ ਹੈ, ਪਰ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਪਹਿਲਾਂ ਚਾਲਕ ਨੂੰ ਰੈਸਕਿਊ ਕੀਤਾ ਗਿਆ ਜਿਸ ਦੇ ਹਲਕੀਆਂ ਸੱਟਾਂ ਲੱਗੀਆਂ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਟੈਂਕਰ ਹਾਈਵੇ ਦੇ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਹੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਬੇਕਾਬੂ ਹੋ ਗਿਆ। ਬੇਕਾਬੂ ਹੋਣ ਤੋਂ ਬਾਅਦ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਇਸ ਦਾ ਕੈਬਿਨ ਜੋ ਹੈ ਉਹ ਪੁਲ ਤੋਂ ਹੇਠਾਂ ਵੱਲ ਨੂੰ ਲਟਕ ਗਿਆ, ਜਿਸ ਤੋਂ ਬਾਅਦ ਟੈਂਕਰ ਜੋ ਹੈ ਉਹ ਪਿੱਛੇ ਖੜਾ ਰਹਿੰਦਾ ਹੈ ਅਤੇ ਕੈਬਿਨ ਹਵਾ ਦੇ ਵਿੱਚ ਲਟਕਿਆ ਹੋਇਆ ਹੁੰਦਾ, ਜਿਸ ਦੇ ਵਿੱਚ ਚਾਲਕ ਜੋ ਹੈ ਉਸਦੀ ਜਾਨ ਵਾਲ ਵਾਲ ਬਚੀ ਹੈ ਅਤੇ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਖਬਰ ਝਾਰਖੰਡ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਟੈਂਕਰ ਹਵਾ ਦੇ ਵਿੱਚ ਲਟਕ ਗਿਆ। ਹਾਲਾਂਕਿ ਜਦੋਂ ਇਹ ਹਾਦਸਾ ਹੋਇਆ ਤਾਂ ਮੌਕੇ ਦੇ ਉੱਤੇ ਸਥਾਨਕ ਲੋਕ ਵੀ ਭੱਜੇ ਆਏ ਅਤੇ ਬੜੀ ਮੁਸ਼ਕਲ ਦੇ ਨਾਲ ਚਾਲਕ ਨੂੰ ਰੈਸਕਿਊ ਕਰਕੇ ਹਸਪਤਾਲ ਦੇ ਵਿੱਚ ਪਹੁੰਚਾਇਆ। ਤਾਂ ਦੱਸ ਦਈਏ ਕਿ ਭਿਆਨਕ ਵੱਡਾ ਸੜਕ ਹਾਦਸਾ ਵਾਪਰਿਆ। ਗਨੀਮਤ ਰਹੀ ਹੈ ਕਿ ਜਦੋਂ ਇਹ ਟੈਂਕਰ ਬੇਕਾਬੂ ਹੋਇਆ ਤਾਂ ਆਲੇ ਦੁਆਲੇ ਹੋਰ ਵਾਹਨ ਜੋ ਸੀ ਉਹ ਨਹੀਂ ਸੀ ਆ ਰਹੇ, ਨਹੀਂ ਤਾਂ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ। ਤਾਂ ਝਾਰਖੰਡ ਤੋਂ ਇਹ ਖਬਰ ਸਾਹਮਣੇ ਆਈ ਹੈ। ਪੁਲ ਦੀ ਰੇਲਿੰਗ ਤੋੜਦਾ ਹੋਇਆ ਇੱਕ ਟੈਂਕਰ ਹਵਾ ਦੇ ਵਿੱਚ ਲਟਕ ਗਿਆ ਅਤੇ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਬੜੀ ਮੁਸ਼ਕਲ ਦੇ ਨਾਲ ਪੁਲਿਸ ਦੇ ਵੱਲੋਂ ਜੋ ਚਾਲਕ ਆ ਉਸ ਨੂੰ ਰੈਸਕਿਊ ਕੀਤਾ ਗਿਆ ਅਤੇ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਤਾਂ ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਇਹ ਟੈਂਕਰ ਦਾ ਕੈਬਿਨ ਹਵਾ ਦੇ ਵਿੱਚ ਲਟਕਿਆ ਹੋਇਆ। ਹਾਲਾਂਕਿ ਆਵਾਜਾਈ ਜੋ ਹੈ ਬਿਲਕੁਲ ਜਾਮ ਹੋ ਚੁੱਕੀ ਹੈ, ਪਰ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਪਹਿਲਾਂ ਚਾਲਕ ਨੂੰ ਰੈਸਕਿਊ ਕੀਤਾ ਗਿਆ ਜਿਸ ਦੇ ਹਲਕੀਆਂ ਸੱਟਾਂ ਲੱਗੀਆਂ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਟੈਂਕਰ ਹਾਈਵੇ ਦੇ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਹੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਬੇਕਾਬੂ ਹੋ ਗਿਆ। ਬੇਕਾਬੂ ਹੋਣ ਤੋਂ ਬਾਅਦ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਇਸ ਦਾ ਕੈਬਿਨ ਜੋ ਹੈ ਉਹ ਪੁਲ ਤੋਂ ਹੇਠਾਂ ਵੱਲ ਨੂੰ ਲਟਕ ਗਿਆ, ਜਿਸ ਤੋਂ ਬਾਅਦ ਟੈਂਕਰ ਜੋ ਹੈ ਉਹ ਪਿੱਛੇ ਖੜਾ ਰਹਿੰਦਾ ਅਤੇ ਕੈਬਿਨ ਹਵਾ ਦੇ ਵਿੱਚ ਲਟਕਿਆ ਹੋਇਆ ਹੁੰਦਾ, ਜਿਸ ਦੇ ਵਿੱਚ ਚਾਲਕ ਜੋ ਹੈ ਉਸਦੀ ਜਾਨ ਵਾਲ ਵਾਲ ਬਚੀ ਹੈ ਅਤੇ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਖਬਰ ਝਾਰਖੰਡ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਟੈਂਕਰ ਹਵਾ ਦੇ ਵਿੱਚ ਲਟਕ ਗਿਆ। ਹਾਲਾਂਕਿ ਜਦੋਂ ਇਹ ਹਾਦਸਾ ਹੋਇਆ ਤਾਂ ਮੌਕੇ ਦੇ ਉੱਤੇ ਸਥਾਨਕ ਲੋਕ ਵੀ ਭੱਜੇ ਆਏ ਅਤੇ ਬੜੀ ਮੁਸ਼ਕਲ ਦੇ ਨਾਲ ਚਾਲਕ ਨੂੰ ਰੈਸਕਿਊ ਕਰਕੇ ਹਸਪਤਾਲ ਦੇ ਵਿੱਚ ਪਹੁੰਚਾਇਆ। ਤਾਂ ਦੱਸ ਦਈਏ ਕਿ ਭਿਆਨਕ ਵੱਡਾ ਸੜਕ ਹਾਦਸਾ ਵਾਪਰਿਆ। ਗਨੀਮਤ ਰਹੀ ਹੈ ਕਿ ਜਦੋਂ ਇਹ ਟੈਂਕਰ ਬੇਕਾਬੂ ਹੋਇਆ ਤਾਂ ਆਲੇ ਦੁਆਲੇ ਹੋਰ ਵਾਹਨ ਜੋ ਸੀ ਉਹ ਨਹੀਂ ਸੀ ਆ ਰਹੇ, ਨਹੀਂ ਤਾਂ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ। ਤਾਂ ਝਾਰਖੰਡ ਤੋਂ ਇਹ ਖਬਰ ਸਾਹਮਣੇ ਆਈ ਹੈ।